ਜਿਹੜੇ ਬਣਾਉਂਦੇ ਨੇ ਕਾਰ ਨੂੰ ਬਾਹਰ ਉਹ ਹੋ ਜਾਣ ਹੁਸ਼ਿਆਰ। ਮੋਹਾਲੀ ਪੁਲਿਸ ਵੱਲੋਂ ਅੱਜ ਮਾਰਕੀਟ ਦੇ ਵਿੱਚ ਕਾਰ ਦੇ ਵਿੱਚ ਬੈਠ ਕੇ ਸ਼ਰਾਬ ਪੀਣ ਵਾਲਿਆਂ ਦੇ ਉੱਤੇ ਕੱਸੀ ਗਈ ਨਕੇਲ। ਇਸ ਮੌਕੇ ਦੇ ਉੱਤੇ ਮੋਹਾਲੀ ਦੇ SSP ਦੀਪਕ ਪਾਰਿਖ ਖੁਦ ਪਹੁੰਚੇ ਮਾਰਕੀਟ ਦੇ ਵਿੱਚ ਅਤੇ ਲੋਕਾਂ ਦੀ ਗੱਡੀਆਂ ਦੀ ਕੀਤੀ ਚੈਕਿੰਗ। ਵੇਖੋ ਪੂਰੀ ਰਿਪੋਰਟ। ਇਹਦੀ ਕਾਫੀ ਕੰਪਲੇਂਟਾਂ ਸਾਡੇ ਕੋਲ ਆ ਰਹੀ ਸੀਗੀਆਂ ਕਿ ਇੱਥੇ ਮਾਰਕੀਟ ਦੀ ਜਿਹੜੀ ਆਲੇ ਦੁਆਲੇ ਦੀ ਜਿਹੜੀ ਪੈਰੀਫਰਲ ਸੜਕਾਂ ਹੈਗੀ ਉੱਥੇ ਲੋਕ ਬਹਿ ਕੇ ਜਿਹੜੇ ਹੈਗੇ ਆਪਣੀ ਗੱਡੀਆਂ ਦੇ ਵਿੱਚ ਸ਼ਰਾਬ ਪੀਂਦੇ। ਔਰ ਇਹ ਵੀ ਕੁਛ ਵੀਡੀਓਜ਼ ਵੀ ਵਾਇਰਲ ਹੋਈ ਹੈ ਜਿਹਦੇ ਵਿੱਚ ਇੱਥੇ ਰਾਤ ਨੂੰ 1:30 ਵਜੇ 2 ਵਜੇ ਰਾਤ ਨੂੰ ਲੇਟ ਨਾਈਟ ਹੁੰਡੜਬਾਜ਼ੀ ਕੀਤੀ ਜਾਂਦੀ ਹੈ, ਤੇਜ਼ ਗੱਡੀਆਂ ਚਲਾਈ ਜਾਂਦੀ, ਉਹਨਾਂ 'ਤੇ ਸਟੰਟ ਕੀਤੇ ਜਾਂਦੇ ਆ। ਸੋ ਮੈਂ ਤੁਹਾਡੇ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਪਿੱਛੇ 2 ਹਫ਼ਤੇ ਤੋਂ ਅਸੀਂ ਲਗਾਤਾਰ ਜਿਹੜਾ ਕਾਰੋਬਾਰ ਜਿਹੜਾ ਗੱਡੀਆਂ ਦੇ ਵਿੱਚ ਡਰਿੰਕ ਕਰਦੇ ਹਾਂ ਉਹਦੇ ਖਿਲਾਫ਼ ਅਸੀਂ ਐਕਸ਼ਨ ਚਲਾਇਆ ਹੋਇਆ, ਮੁਹਿੰਮ ਚਲਾਈ ਹੋਈ ਜਿਹਦੇ ਵਿੱਚ ਕਾਫ਼ੀ ਗੱਡੀਆਂ, 100 ਤੋਂ ਵੱਧ ਗੱਡੀਆਂ ਅਸੀਂ ਇੰਪਾਊਂਡ ਕੀਤੀਆਂ। ਸੋ ਇਸ ਤੋਂ ਇਲਾਵਾ ਅੱਜ ਤੋਂ ਅਸੀਂ ਸਪੈਸ਼ਲ ਇੱਥੇ ਸ਼ੁਰੂ ਕੀਤਾ ਹੈ, ਜਿਹੜਾ ਐਂਟਰੀ ਪੁਆਇੰਟ ਹੈਗਾ ਅਤੇ ਐਗਜ਼ਿਟ ਪੁਆਇੰਟ ਹੈਗਾ ਉੱਥੇ ਅਸੀਂ PCR ਵਹੀਕਲ ਲਗਾ ਕੇ ਉਹਨਾਂ ਦੇ ਨਾਲ ਮੁਲਾਜ਼ਮ ਲਗਾ ਕੇ ਸਪੈਸ਼ਲ ਚੈਕਿੰਗ ਦੀ ਨਾਕਾਬੰਦੀ ਸਟਾਰਟ ਕਰਤੀ ਹੈ। ਸੋ ਜੋ ਵੀ ਵਿਅਕਤੀ ਐਂਟਰ ਹੋਏਗਾ, ਜੇਕਰ ਕੋਈ ਹਥਿਆਰ ਲੈ ਕੇ ਆ ਰਿਹਾ, ਕੋਈ ਆਪੱਤੀਜਨਕ ਵਸਤੂ ਲੈ ਕੇ ਆ ਰਿਹਾ ਹੈ ਜਾਂ ਫਿਰ ਡਰੰਕ ਕੰਡੀਸ਼ਨ ਦੇ ਵਿੱਚ ਆ ਰਿਹਾ, ਉਹਦੀ ਚੈਕਿੰਗ ਕੀਤੀ ਜਾਏਗੀ ਤਾਂ ਕਿ ਹੁੱਲੜਬਾਜ਼ੀ ਜਿਹੜੀ ਹੈਗੀ ਉਹਦੇ ਰੋਕਥਾਮ ਕੀਤੀ ਜਾ ਸਕੇ। ਇਸ ਤੋਂ ਇਲਾਵਾ ਪਿੱਛੇ ਇੱਕ ਵੀਡੀਓ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਕਿ ਕੁਛ ਯੂਥ ਜੋ ਹੈ ਉਹ ਗੱਡੀ ਦੇ ਬਾਹਰ ਲਮਕ ਰਹੇ ਸੀਗੇ। ਸੋ ਉਸਦੇ ਵਿੱਚ DSP ਅਤੇ SHO ਨੇ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਉਹ ਐਕਸ਼ਨ ਲੈ ਲਿਆ, ਗੱਡੀ ਵੀ ਇੰਪਾਊਂਡ ਕਰਤੀ ਹੈ। ਇੱਕ ਹੋਰ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹ ਵੀ ਅਸੀਂ ਗੱਡੀ ਦੇ ਜਿਹੜੇ ਨੰਬਰ ਹੈਗੇ ਉਹਦੀ ਭਾਲ ਕਰ ਰਹੇ ਹਾਂ, ਛੇਤੀ ਉਹਦੇ ਖਿਲਾਫ਼ ਵੀ ਕਾਰਵਾਈ ਕਰ ਦਿੱਤੀ ਜਾਏਗੀ। ਗੱਡੀਆਂ ਦੀਆਂ ਨਾਕਾਬੰਦੀ, ਆਪਾਂ ਇੰਨੇ ਦਿਨ ਹੋ ਗਏ ਨਾਕਾਬੰਦੀ ਕਰਦੇ ਹੋਏ ਅਤੇ ਆਪਾਂ ਨੂੰ ਕੋਈ ਨਸ਼ੀਲੇ ਪਦਾਰਥ ਵਗੈਰਾ ਵੀ ਕਹਿੰਦੇ ਕੋਈ ਬਰਾਮਦ ਨਹੀਂ ਹੋਈ। ਨਾਕਾਬੰਦੀ ਦੇਖੋ ਵੱਖ ਵੱਖ ਥਾਵਾਂ 'ਤੇ ਚੱਲ ਰਹੀ ਹੈ, ਜਿਹੜੀ ਸਪੈਸ਼ਲ ਜਿਹੜੀ 3B2 ਮਾਰਕੀਟ ਦੀ ਹੈ ਅੱਜ ਇਸ ਲਈ ਸਪੈਸ਼ਲ ਆਏ ਕਿ ਅੱਜ ਤੋਂ ਸਟਾਰਟ ਕਰ ਰਹੇ ਹਾਂ ਐਂਟਰੀ ਅਤੇ ਐਗਜ਼ਿਟ ਪੁਆਇੰਟ ਦੋਨਾਂ 'ਤੇ, ਤਾਂ ਮੈਨੂੰ ਯਕੀਨ ਹੈ ਕਿ ਇਹਦੇ ਵਿੱਚ ਵੀ ਅੱਛੀ ਰਿਕਵਰੀਜ਼ ਹੋਣਗੀਆਂ। ਲੇਟ ਨਾਈਟ ਪੈਟਰੋਲਿੰਗ ਇਹ ਜਿਹੜੀ ਨਾਕਾਬੰਦੀ ਸ਼ੁਰੂ ਕੀਤੀ ਹੈ, ਇਸਦੇ ਨਾਲ ਨਾਲ ਅਸੀਂ ਇਸ ਮਾਰਕੀਟ ਦੇ ਵਿੱਚ ਗਸ਼ਤ ਵੀ ਸ਼ੁਰੂ ਕੀਤੀ ਹੈ। ਸੋ ਜਿਹੜੀ ਗਸ਼ਤ ਹੈਗੀ ਹੈ ਉਹ ਚੱਲੇਗੀ, ਰਾਤ ਨੂੰ ਸਵੇਰੇ 5 ਵਜੇ ਤੱਕ ਚਲਾਵਾਂਗੇ, ਰਾਤ ਨੂੰ 8 ਵਜੇ ਤੋਂ। ਦੇਖੋ ਜੀ, ਆਪਣੇ ਤੁਸੀਂ ਜੋ ਵੀ ਮੂਵਮੈਂਟ ਹੋਈ ਹੈ ਮੋਹਾਲੀ ਤੋਂ, ਜੋ ਵੀ ਮੂਵਮੈਂਟ ਹੋਈ ਹੈ ਉਹ ਬਿਲਕੁਲ ਸਮੂਥ ਮੂਵਮੈਂਟ ਹੋਈ ਹੈ, ਲੋਕਾਂ ਨੂੰ ਕਿਸੇ ਤਰੀਕੇ ਦੀ ਤਕਲੀਫ ਨਹੀਂ ਆਣ ਦਿੱਤੀ ਗਈ, ਕੋਈ ਹੁੱਲੜਬਾਜ਼ੀ ਨਹੀਂ ਹੋਈ, ਕਿ ਆਪਸ 'ਚ ਲੜਾਈ ਝਗੜਾ ਨਹੀਂ ਹੋਇਆ, ਟ੍ਰੈਫਿਕ ਵਾਜ਼ ਮੂਵਿੰਗ ਸਮੂਥਲੀ। ਸੋ ਇਹਦਾ ਮਤਲਬ ਠੀਕ ਰਿਹਾ ਸਰ? ਸਰ, ਇੱਕ ਕਿਸਾਨਾਂ ਵੱਲੋਂ ਲਗਾਤਾਰ ਇਮੀਗ੍ਰੇਸ਼ਨ ਕੰਪਨੀ ਦੇ ਬਾਹਰ ਜਾ ਕੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਜਾਂ ਉਹਨਾਂ ਬਲੈਕਮੇਲ ਕੀਤਾ, ਕੁਝ ਮਤਲਬ ਯੂਟਿਊਬਰ ਜਿਵੇਂ ਆਪਣਾ ਰਿਪੋਰਟਰ ਕਹਿ ਕੇ ਅਤੇ ਕਾਫੀ ਹੱਦ ਤੇ ਖਬਰਾਂ ਆ ਰਹੀਆਂ ਸਾਹਮਣੇ ਕਿ ਉਹਨਾਂ ਨੂੰ ਮਤਲਬ ਇਮੀਗ੍ਰੇਸ਼ਨ ਵਾਲਾ ਬਲੈਕਮੇਲ ਕਰਦੇ ਨੇ ਅਤੇ ਇਮੀਗ੍ਰੇਸ਼ਨ ਵਾਲੇ ਕੰਪਲੇਂਟ ਇਸ ਕਰਕੇ ਨਹੀਂ ਦਿੰਦੇ, ਉਹ ਕਹਿੰਦੇ ਕਿ ਅਸੀਂ ਮਤਲਬ ਵਿੱਚ ਪਾਰਟੀ ਬਣਾਂਗੇ, ਸਾਡੀ ਬਦਨਾਮੀ ਹੋਏਗੀ, ਇਸ ਨੂੰ ਲੈ ਕੇ ਆਪਣਾ ਕਿਸ ਤਰੀਕੇ ਦਾ ਐਕਸ਼ਨ ਲਿਆ? ਇਹਦੇ ਵਿੱਚ ਦੇਖੋ ਜੀ, ਬਹੁਤ ਸਪਸ਼ਟ ਹਦਾਇਤਾਂ ਸਰਕਾਰ ਨੇ ਬਾਰ ਬਾਰ ਜਾਰੀ ਕੀਤੀ ਹੈ। ਜਿਹੜਾ ਕਿ ਇਮੀਗ੍ਰੇਸ਼ਨ ਵਾਲਾ ਰਜਿਸਟਰਡ ਨਹੀਂ ਹੈ ਉਹਨੂੰ ਆਪਣਾ ਜਿਹੜਾ ਕੰਮ ਧੰਦਾ ਬੰਦ ਕਰ ਲੈਣਾ ਚਾਹੀਦਾ, ਨਹੀਂ ਤਾਂ ਸਾਡੇ ਵੱਲੋਂ ਸਖਤ ਕਾਰਵਾਈ ਦੀ ਉਮੀਦ ਕਰੇ। ਇਮੀਗ੍ਰੇਸ਼ਨ ਵਾਲੇ ਤਾਂ ਹੈਗੇ, ਜਿਹੜਾ ਜੈਨੂਇਨ ਹੈਗਾ ਉਹ ਸਾਡੇ ਕੋਲ ਆ ਕੇ ਰਿਪੋਰਟ ਕਰੇ। ਰਿਪੋਰਟ ਦਾ ਇਹ ਹੈ ਕਿ ਦੇਖ ਕਿ ਉਹ ਸਾਹਮਣੇ ਨਹੀਂ ਆਉਣਾ ਚਾਹੁੰਦੇ ਅਤੇ ਲਗਰ ਮਗਰ ਜਿਹੜੇ ਕਿਸਾਨ ਨੇ ਕੁਛ ਮਤਲਬ ਕਿਸਾਨ ਬਣ ਗਏ ਤੇ ਪਲੱਸ ਕੁਝ ਯੂਟਿਊਬਰ ਆਪਣੇ ਰਿਪੋਰਟਰ। ਇਹ ਦੇਖੋ ਜੀ, ਕੋਈ ਹੋ ਸਕਦਾ ਹੈ ਕਿ ਕੋਈ ਥੋੜੀ ਬਹੁਤ ਸ਼ਿਕਾਇਤਾਂ ਇਹ ਵੀ ਹੋਣ, ਬਟ ਮੈਜੋਰਟੀ 95% ਸ਼ਿਕਾਇਤਾਂ ਤੇ ਉਹੀ ਹੈਗੀ ਜਿੱਥੇ ਇਮੀਗ੍ਰੇਸ਼ਨ ਦਾ ਫਰਾਡ ਹੋਇਆ। ਸੋ ਦੋਨੇ ਪਾਸੇ ਡੀਲ ਕਰ ਲਾਂਗੇ, ਜੇਕਰ ਕਿਸੇ ਦੀ ਜੈਨੂਇਨ ਗ੍ਰੀਵੈਂਸ ਹੈਗੀ ਹੈ ਉਹ ਅਸੀਂ ਜ਼ਰੂਰ ਡੀਲ ਕਰਾਂਗੇ। ਪਰ ਜਿਹੜੀ ਇਹਦੀ ਐਂਟਰੀ ਐਗਜ਼ਿਟ ਹੈ, ਇਹ ਸ਼ਾਮ ਦੇ ਲਈ ਕੀ ਅਸੀਂ ਇਹਨੂੰ ਰੈਗੂਲੇਟ ਕਰਾਂਗੇ ਕਿ ਕੀ ਵੀ ਇੱਕ ਸਾਈਡ ਤੋਂ ਐਂਟਰੀ ਕਰਾਂਗੇ, ਦੂਜੀ ਤੋਂ ਐਗਜ਼ਿਟ ਕਰਾਂਗੇ? ਵਿਲ ਇਟ ਬੀ ਫਿਕਸਡ ਔਰ ਇਟ ਇਜ਼ ਜਸਟ ਫੋਰ ਟੁਡੇ? ਜੀ 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 ਜੀ, ਵੀ ਹੈਵ ਸਟਾਰਟਡ ਇਟ ਐਜ਼ ਅ ਪਾਇਲਟ, ਸੋ ਵੀ ਆਰ ਲੁਕਿੰਗ ਐਟ ਵਾਟ ਇਜ਼ ਦੀ ਬੈਸਟ ਯੂ ਨੋ ਫੰਕਸ਼ਨਲ ਵੇ ਦੈਟ ਵੀ ਕੈਨ ਸੀ। ਜੇ ਇੱਕ ਪਾਸੇ ਐਂਟਰੀ ਐਗਜ਼ਿਟ ਕਰਕੇ ਹੁੰਦਾ ਤਾਂ ਉਹ ਵੀ ਕਰਾਂਗੇ, ਜੇ ਲੱਗਦਾ ਦੋਨੇ ਪਾਸੇ ਐਂਟਰੀ ਐਗਜ਼ਿਟ ਅਲਾਉ ਕਰਨੀ, ਬਟ ਵੀ ਵਿਲ ਚੈੱਕ ਬੋਥ ਸਾਈਡਸ। ਇਟ ਹੈਜ਼ ਆਲਰੇਡੀ ਸਟਾਰਟਡ ਫਰੋਮ ਟੁਡੇ ਐਂਡ ਵੀ ਆਰ ਹੋਪਿੰਗ ਟੂ ਕੰਟੀਨਿਊ ਇਟ ਫਾਰ ਅ ਵੈਰੀ ਲੌਂਗ ਟਾਈਮ, ਫਰੋਮ 8 PM ਆਨਵਰਡਸ ਟੂ ਟਿਲ 5 AM ਇਨ ਦ ਮਾਰਨਿੰਗ। ਸੋ ਇੱਕ ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਵੱਲੋਂ ਇੱਕ ਰਿਟਨ ਕੰਪਲੇਂਟ ਦਿੱਤੀ ਗਈ ਹੈ ਰਿਗਾਰਡਿੰਗ ਦਾ ਟ੍ਰੈਫਿਕ ਇੰਚਾਰਜ ਸਰ, ਉਹਨਾਂ ਵੱਲੋਂ ਕਾਫੀ ਮਤਲਬ ਕਿਹਾ ਗਿਆ ਨੋਕਝੋਕ ਵੀ ਹੋਈ ਹੈ ਤੇ ਉਸ ਨੂੰ ਲੈ ਕੇ ਆਪਣੇ ਕੀ ਹੈ? ਉਹ ਕੰਪਲੇਂਟ ਜੀ ਅਸੀਂ SP ਟ੍ਰੈਫਿਕ ਨੂੰ ਮਾਰਕ ਕਰ ਦਿੱਤੀ ਹੈ। ਸੋ ਜੋ ਵੀ ਆਊਟਕਮ ਹੋਏਗੀ ਤੁਹਾਨੂੰ ਦੱਸਾਂਗੇ ਉਹਦੇ ਬਾਰੇ।